ਤੇ ਸਜ਼ਾ ਜ਼ਾਫਤਾ ਮੰਤਰੀ ਕਹਿੰਦੇ ਕਿਉਂ ਲਹਿਰਾਵੇਗਾ ਤਿਰੰਗਾ ਸ਼ਰਮਾ ਜੀ, ਕਿਹਨੇ ਸਵਾਲ ਖੜਾ ਕਰਤਾ? ਪੰਜਾਬ ਸਰਕਾਰ ਨੂੰ ਪੰਜਾਬ ਦੇ ਰਾਜਪਾਲ ਨੇ ਚਿੱਠੀ ਲਿਖੀ ਹੈ ਜੀ। ਪੰਜਾਬ ਦੇ ਰਾਜਪਾਲ ਨੇ ਇੱਕ ਵਾਰ ਫਿਰ ਇਹ ਸਵਾਲ ਖੜਾ ਕੀਤਾ ਸਰਕਾਰ ਨੂੰ ਵੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਵੀ। ਠੀਕ ਹੈ, ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਰਾਂ ਨੇ ਪੁੱਛਿਆ ਕਿ ਜੇਕਰ ਤੁਹਾਡੇ ਇੱਕ ਮੰਤਰੀ ਨੂੰ ਹੇਠਲੀ ਅਦਾਲਤ ਨੇ ਇੱਕ ਸਜ਼ਾ ਸੁਣਾਈ ਹੈ ਜੀ, ਉਸ ਨੂੰ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਔਰ ਉਸ ਤੇ ਕੋਈ ਸਟੇਅ ਨਹੀਂ ਲੱਗੀ, ਕੋਈ ਰੋਕ ਨਹੀਂ ਲੱਗੀ, ਤੇ ਫੇਰ ਤੁਸੀਂ ਉਸ ਨੂੰ ਮੰਤਰੀ ਅਹੁਦੇ ਤੇ ਕਿਵੇਂ ਰੱਖਿਆ ਹੋਇਆ ਅਜੇ ਤੱਕ, ਉਸ ਨੂੰ ਮੰਤਰੀ ਅਹੁਦੇ ਤੋਂ ਲਾਂਭੇ ਕਿਉਂ ਨਹੀਂ ਕੀਤਾ? ਠੀਕ ਹੈ ਜੀ ਪ੍ਰਵੀਨ ਜੀ, ਸਵਾਲ ਵੱਡਾ ਇਸ ਲਈ ਵੀ ਬਣਦਾ ਹੈ, ਉਹ ਕਹਿੰਦੇ ਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨ ਦਾ ਵੀ ਤੁਸੀਂ ਪਾਲਣ ਨਹੀਂ ਕਰਦੇ। ਰਾਜਪਾਲ ਨੇ ਆਪਣੀ ਚਿੱਠੀ ਚ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਇੱਕ ਫੈਸਲੇ ਦਾ ਹਵਾਲਾ ਦਿੱਤਾ ਜੀ। ਉਹ ਕਹਿੰਦੇ ਕਿ ਲਿਲੀ ਥੋਮਸ ਕੇਸ ਦੇ ਵਿੱਚ 2013 ਚ ਮਾਣਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਕਿਸੇ ਵੀ ਮੰਤਰੀ ਜਾਂ ਵਿਧਾਇਕ ਦੇ ਦੋਸ਼ੀ ਠਹਿਰਾਉਣ ਤੇ ਉਸ ਦੇ ਅਹੁਦੇ ਤੇ ਉਸਨੂੰ ਨਹੀਂ ਰੱਖਿਆ ਜਾ ਸਕਦਾ, ਉਹ ਅਹੁਦੇ ਤੇ ਨਹੀਂ ਬਣਿਆ। ਇਹਦਾ ਮਤਲਬ ਕੱਲੀ ਮੰਤਰੀ ਬਣਾ ਨਹੀਂ, ਵਿਧਾਨ ਸਭਾ ਦੀ ਮੈਂਬਰੀ ਤੇ ਵੀ ਸਵਾਲ ਹੈ ਜੀ। ਬਿਲਕੁਲ, ਇਸੇ ਲਈ ਸਪੀਕਰ ਨਾਲ ਰਾਬਤਾ ਕਰ ਰਹੇ ਨਾ ਰਾਜਪਾਲ, ਇਸੇ ਲਈ ਸਪੀਕਰ ਨੂੰ ਸੰਬੋਧਨ ਹੋ ਰਿਹਾ ਨਾ ਕਿ ਸਪੀਕਰ ਨੂੰ ਪੁੱਛਿਆ ਜਾ ਰਿਹਾ ਕਿ ਉਹਦੀ ਵਿਧਾਨ ਸਭਾ ਦੀ ਮੈਂਬਰੀ ਕਿਉਂ ਅਜੇ ਤੱਕ ਖੜੀ ਹੈ, ਉੱਧਰ ਸਰਕਾਰ ਨੂੰ ਪੁੱਛਿਆ ਜਾ ਰਿਹਾ ਕਿ ਉਹ ਮੰਤਰੀ ਕਿਉਂ ਹੈ। ਤੇ ਇਸ ਦੇ ਵਿਚਾਲੇ ਇੱਕ ਪੰਜਾਬ ਚ ਜਿਹੜੀ ਇਹ ਚਿੱਠੀ ਤੋਂ ਬਾਅਦ ਚਰਚਾ ਚੱਲੀ, ਬੇਸ਼ੱਕ ਕਿਹਾ ਜਾਂਦਾ ਕਿ ਜੀ ਰਾਜਪਾਲ ਦੀ ਤਾਂ ਆਦਤ ਬਣ ਗਈ ਹੈ, ਹੈ ਨਾ, ਪਰ ਦੂਸਰੇ ਪਾਸੇ ਉਹ ਪੁੱਛੀ ਜਾਂਦੇ ਨੇ ਕਿ ਭਾਈ ਇੱਕ ਪਾਸੇ ਤੁਹਾਡਾ MLA ਹੈ ਜੀ ਜਿਹੜਾ ਮੰਤਰੀ ਹੈ ਤੇ ਉਸ ਨੂੰ ਇੱਕ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ, ਚਾਹੇ ਉਹ ਪਰਿਵਾਰਕ ਮਸਲਾ ਚਾਹੇ ਉਹ ਪੁਰਾਣਾ ਮਸਲਾ, ਇੱਕ ਹੋਰ MLA ਪਰ ਉਹ ਤੁਹਾਡੀ ਪਾਰਟੀ ਦਾ ਨਹੀਂ ਹੈ, ਉਸ ਨਾਲ ਉਹ ਵਰਤਾਰਾ ਹੋ ਰਿਹਾ ਜੋ ਕਿਸੇ ਸਮੇਂ ਅਸੀਂ 80-90 ਦੇ ਦੌਰ ਚ ਦੇਖਦੇ ਸੀ ਕਿ ਕੋਈ ਖਾੜਕੂ ਫੜਿਆ ਗਿਆ ਜੀ, ਉਹ ਅੰਦਰ ਹੈ ਜੀ, ਉਸ ਨੂੰ ਜਮਾਨਤ ਮਿਲੀ ਜੀ, ਉਹ ਜਮਾਨਤ ਤੇ ਅਜੇ ਜੇਲ੍ਹ ਤੋਂ ਬਾਹਰ ਆਉਂਦਾ ਸੀਗਾ ਜੀ ਕਿ ਬਾਹਰ ਦੂਏ ਥਾਣੇ ਦੀ ਪੁਲਿਸ ਖੜੀ ਹੈ ਜੀ, ਚੱਕ ਕੇ ਲੈ ਜਾਓ ਜੀ, ਪਰਚਾ ਤਾਂ ਹੋਰ ਪੈ ਗਿਆ। ਸੋ ਉਹ ਸੁਖਪਾਲ ਖਹਿਰੇ ਵਾਲੇ ਮਾਮਲੇ ਚ ਕਿ ਉਹ ਇੱਕ ਹਲਕੇ ਦਾ ਨੁਮਾਇੰਦਾ ਹੈ ਜੀ, ਜੀ ਬਿਲਕੁਲ, ਜਿਸ ਨੂੰ ਅਜੇ ਕਿਸੇ ਅਦਾਲਤ ਨੇ ਸਜ਼ਾ ਨਹੀਂ ਸੁਣਾਈ। ਬਿਲਕੁਲ ਸਹੀ ਹੈ, ਬਿਲਕੁਲ। ਉਸ ਨਾਲ ਜਿਹੜਾ ਧੱਕਾ ਹੈ, ਕਹਿੰਦੇ ਜੀ ਉਹ ਕਮਾਲ ਹੈ ਕਿ ਜੇ ਇੱਕ MLA ਨਾਲ ਤੁਸੀਂ ਇੰਨਾ ਧੱਕਾ ਕਰ ਸਕਦੇ ਹੋ ਤੇ ਫਿਰ ਆਮ ਲੋਕਾਂ ਨਾਲ ਕੀ ਹੁੰਦਾ ਹੋਊਗਾ, ਇੱਕ ਪਾਸੇ ਉਹ ਸਵਾਲ, ਦੂਸਰੇ ਪਾਸੇ ਇਸ ਮਸਲੇ ਤੇ ਜੀ ਜੀ ਕਹਿੰਦੇ ਤੁਹਾਡੀ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਸਾਡੇ ਮੰਤਰੀ ਬਾਰੇ ਸਾਨੂੰ ਪਤਾ ਲੱਗਿਆ ਵਿਜੇ ਸਿੰਗਲੇ ਬਾਰੇ, ਠੀਕ ਹੈ, ਉਹ ਅਦਾਲਤ ਚ ਵੀ ਨਹੀਂ ਗਿਆ ਸੀ ਮਾਮਲਾ, ਕਹਿੰਦੇ ਲਓ ਜੀ ਅਸੀਂ ਕੱਢ ਕੇ ਪਰੇ ਮਾਰਿਆ। ਹਾਂਜੀ ਹਾਂਜੀ, ਕਲੇਮ ਤਾਂ ਇਹੀ ਸੀ, ਅਦਾਲਤ ਨੇ ਕਹਿੰਦੇ ਦੋਸ਼ੀ ਕਰਾਰ ਦਿੱਤਾ, ਪਰ ਨਾਲ ਹੀ ਪੰਜਾਬ ਦੇ ਲੋਕ ਆਪ ਹੀ ਜਵਾਬ ਦੇ ਲੈਂਦੇ ਇਸ ਚਿੱਠੀ ਦਾ ਪ੍ਰਵੀਨ ਜੀ ਜੀ ਜੀ, ਉਹ ਕਹਿੰਦੇ ਕੁਛ ਨੀ ਹੁੰਦਾ, ਜਿਹਨਾਂ ਨੂੰ ਕਟਾਰੂ ਚੱਕ ਮਨਜ਼ੂਰ ਆ ਉਹਨਾਂ ਲਈ ਅਮਨ ਅਰੋੜੇ ਦਾ ਕੀ ਮਸਲਾ ਜੀ। ਸੋ ਅਮਨ ਅਰੋੜਾ ਆਪਣੀ ਸਿਆਸੀ ਸਮਝ ਕਰਕੇ ਆਪਣੀ ਕਾਬਲੀਅਤ ਕਰਕੇ ਇਸ ਕੈਬਨਿਟ ਚ ਹੈ, ਪਰ ਪਰਿਵਾਰਕ ਵਿਵਾਦ ਦੇ ਵਿੱਚ ਹੇਠਲੀ ਅਦਾਲਤ ਵੱਲੋਂ ਉਸਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉਸ ਦੋਸ਼ੀ ਕਰਾਉਣ ਦੇ ਹੋਣ ਦੇ ਮਾਮਲੇ ਚ ਉਸਨੂੰ 2 ਸਾਲ ਦੀ ਸਜ਼ਾ ਮਿਲੀ ਹੈ, ਜਿਹਦੇ ਪਰ ਫਿਲਹਾਲ ਕਿਤੇ ਵੀ ਸਟੇਅ ਨਹੀਂ ਲੱਗੀ, ਕਿਤੇ ਵੀ ਰੋਕ ਨਹੀਂ ਲੱਗੀ। ਰਾਜਪਾਲ ਨੇ ਇਹੀ ਸਵਾਲ ਖੜਾ ਕੀਤਾ ਕਿ ਜਦੋਂ ਉਸ ਦੀ ਸਜ਼ਾ ਤੇ ਵੀ ਰੋਕ ਨਹੀਂ, ਤੁਸੀਂ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਿਉਂ ਨਹੀਂ ਕਰ ਰਹੇ? ਸੋ ਇਸ ਲਈ ਰਾਜਪਾਲ ਦੀ ਇਹ ਚਿੱਠੀ ਦਾ ਕੀ ਸਰਕਾਰ ਤੇ ਅਸਰ ਹੋਏਗਾ, ਕੀ ਉਹ ਅਮਨ ਅਰੋੜਾ ਨੂੰ ਮੰਤਰੀ ਅਹੁਦੇ ਤੋਂ ਹਟਾਉਣਗੇ, ਕੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਅਸਰ ਹੋਏਗਾ, ਕੀ ਮੈਂਬਰੀ ਰੱਦ ਹੋ ਜਾਏਗੀ ਅਮਨ ਅਰੋੜਾ ਦੀ, ਜਾਂ ਇਹ ਚਿੱਠੀ ਵੀ ਪਹਿਲੀਆਂ ਚਿੱਠੀਆਂ ਕਟਾਰੂ ਚੱਕ ਸਮੇਂ ਵੀ ਲਿਖੀ ਦੀ ਚਿੱਠੀ ਦਾ ਜੀ ਜੀ ਲਿਖੀ ਸੀ, ਬਿਲਕੁਲ ਸਹੀ, ਹੈ ਨਾ, ਠੀਕ ਹੈ। ਸਰਾਰੀ ਵਾਲਾ ਮੁੱਦਾ ਵੀ ਉੱਠਿਆ ਸੀ, ਕਿੰਨੀ ਦੇਰ ਬਾਅਦ ਅਸਰ ਹੋਇਆ ਉਹਦੇ ਪਰ, ਸੋ ਇਸ ਲਈ ਇਹ ਹੁਣ ਅਸਰ ਹੋਏਗਾ ਜਾਂ ਨਹੀਂ ਹੋਏਗਾ ਆਉਣ ਵਾਲਾ ਵਕਤ ਦੱਸੇਗਾ। ਫਿਲਹਾਲ ਚਿੱਠੀ ਲਿਖ ਦਿੱਤੀ ਗਈ ਹੈ ਰਾਜਪਾਲ ਜੀ ਵੱਲੋਂ ਤੇ ਅਮਨ ਅਰੋੜੇ ਇੱਕ ਵਾਰ ਫਿਰ ਜਿਹੜਾ ਠੰਡੇ ਬਸਤੇ ਚਲੇ ਗਿਆ ਸੀ ਮਾਮਲਾ, ਉਹ ਦੁਬਾਰਾ ਚਰਚਾ ਦੇ ਵਿੱਚ ਆ ਗਿਆ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਸ਼ਰਮਾ ਜੀ, ਕਿ ਜਦੋਂ ਮੰਤਰੀ ਨੂੰ ਸਜ਼ਾ ਹੁੰਦੀ ਹੈ ਉਦੋਂ ਉਸ ਤੋਂ ਬਾਅਦ ਇਹ ਤੇ ਚਰਚਾ ਨਹੀਂ ਹੁੰਦੀ ਮੈਂਬਰੀ ਤੇ ਨਾ ਜਾਂ ਹੋਰ ਮੰਤਰੀ ਅਹੁਦੇ ਤੇ, ਪਰ ਰਾਜਪਾਲ ਦੇਖੋ ਤੁਸੀਂ ਕਿੰਨੀ ਬਰੀਕੀ ਨਾਲ ਨਜ਼ਰ ਰੱਖਦੇ ਆ ਸਾਰੇ ਕਾਸੇ ਤੇ। ਬਿਲਕੁਲ, ਉਹ ਨਹੀਂ ਬੰਦੇ ਰੱਖੇ ਅਗਲੇ ਨੇ ਦਿੱਲੀ ਤੱਕ, ਪੈਸੇ ਕੰਮ ਤੇ ਲਾਈ ਹੈ। ਦੇਖੋ ਜਿਵੇਂ ਤੁਸੀਂ ਕੰਪਨੀਆਂ ਦਾ ਜ਼ਿਕਰ ਕਰਦੇ ਹੁੰਦੇ, ਜੇ ਉਹ ਇੱਥੋਂ ਨਜ਼ਰ ਰੱਖ ਰਹੇ ਹੈ ਕਿ ਇੱਥੋਂ ਬਣ ਸਕਦੇ ਆ, 4-6 ਲੜ ਉੱਥੋਂ ਬਣ ਸਕਦੇ ਆ, ਤੇ ਇੱਥੋਂ ਵਾਲੇ ਨਜ਼ਰ ਰਖਾ ਵੀ ਸਕਦੇ ਫਿਰ ਉੱਥੇ। ਬਿਲਕੁਲ ਜੀ ਜੀ।